ਅੱਜ ਕੇਂਦਰੀ ਟਰੇਡ ਯੂਨੀਅਨਸ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ। ਸਰਕਾਰ ਦੀਆਂ ਕਾਮਿਆਂ ਵਿਰੋਧੀ ਨੀਤੀਆਂ ਅਤੇ ਇੱਕ ਪਾਸੜ ਕਿਰਤ ਸੁਧਾਰਾਂ ਖਿਲਾਫ ਕਰੀਬ 20 ਕਰੋੜ ਕਾਮੇ 2 ਦਿਨਾਂ ਦੇ ਦੇਸ਼ ਵਿਆਪੀ ਹੜਤਾਲ ਤੇ ਨੇ। ਇਸ ਹੜਤਾਲ ਦਾ ਅਸਰ ਅੱਜ ਸਵੇਰ ਤੋਂ ਹੀ ਦੇਸ਼ ਦੇ ਕਈ ਸੂਬਿਆਂ ਵਿੱਚ ਨਜ਼ਰ ਆ ਰਿਹਾ ਹੈ। ਦੇਸ਼ ਵਿੱਚ ਕਈ ਥਾਈਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਤੇ ਉਤਰ ਕੇ ਰਸਤੇ ਜਾਮ ਕਰ ਦਿੱਤੇ ਨੇ ਅਤੇ ਟ੍ਰੇਨਾਂ ਵੀ ਰੋਕੀਆਂ ਨੇ। ਕਈ ਥਾਈਂ ਝੜਪਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ।